ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਂ ਹਰਕੀਤ ਕੌਰ, ਆਪਣੇ ਚੈਨਲ 'ਤੇ ਸਵਾਗਤ ਹੈ। ਅਸੀਂ ਸਾਰੇ ਠੀਕ ਠਾਕ ਹਾਂ ਜੀ, ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ। ਜਿਹੜਾ ਟਾਈਮ ਹੈਗਾ ਉਹ ਹੈਗਾ ਗਾ 6:45 ਦਾ, ਅਤੇ ਬਹੁਤ ਸਾਰੇ ਕੰਮ ਕਰ ਲਏ ਨੇ ਅੱਜ। ਆਪਾਂ ਹੌਲ ਨਗਿਆਰੀ ਉੱਠਿਆ, ਹੌਲ ਨਗਿਆਰੀ ਕੰਮ ਕਰੇ ਨੇ, ਆਪਣਾ ਲੇਬਰ ਦਾ ਕੰਮ ਰਾਤ ਨੇਰੇ 8:30 ਆਏ ਨੇ ਸਰਦਾਰ ਜੀ, 8:30 ਜੀਰੀ ਲੱਗੀ ਹੈਗੀ, ਲੇਬਰ ਵਾਲੇ 8:00 ਗਏ ਨੇ ਘਰੇ, ਅਤੇ ਆਪਣਾ ਕੰਮ ਨਿਬੜ ਗਿਆ ਗਾ ਲੇਬਰ ਦਾ, ਅਤੇ ਰਾਤ ਹਨੇਰਾ ਹੋ ਗਿਆ ਸੀ। ਜਿਹੜੇ ਲੇਬਰ ਵਾਲੇ ਭਾਂਡੇ ਭੁੰਡੇ ਨੂੰ ਹੁਣ ਧੋਣਿਆਂਗੇ, ਅਤੇ ਹਜੇ ਮੈਂ ਧਾਰ ਕੱਢਣੀ ਹੈਗੀ ਕਿਉਂਕਿ ਹਾਏ ਚੌਲ ਜੇ ਮੈਂ ਇਸ ਖੁੱਲ੍ਹੀ ਛੱਡਦਾ, ਕੜਾਹੀ ਬਚ ਕੇ ਆ ਗਈ, ਖਾਂਦੇ ਨਹੀਂ ਰੋਜ਼, ਕੀ ਕਰਨ ਉਹ ਵਿਚਾਰੇ ਖਾਣ ਵਾਲੇ ਵੀ, ਹੈ ਨਾ। ਲਓ ਜੀ ਦੇਖੋ, ਟੰਡਕ ਮੰਡਕ ਪੌਣੇ ਝੋਲੇ ਬਾਲਟੀਆਂ, ਜਿਹੜੇ ਖੇਤ ਵਾਲੇ ਭਾਂਡੇ ਸੀਗੇ, ਅਤੇ ਇੰਨੀ ਕੜਾਹੀ ਬਚ ਕੇ ਆ ਗਈ। ਰਾਤ ਬੜਾ ਹਨੇਰਾ ਹੋ ਗਿਆ ਸੀਗਾ, ਅਤੇ ਹੁਣ ਹੋਣਗੇ ਭਾਂਡੇ। ਊਂ ਤਾਂ ਉਹਨਾਂ ਨੇ ਮੰਜੇ ਹੋਏ ਸੀ ਲੇਬਰ ਵਾਲੇ ਨੇ, ਕੇਰਾਂ ਧੋ ਧੋ ਕੇ, ਹੈ ਨਾ, ਸਾਫ਼ ਕਰਕੇ ਸੁਕਾ ਕੇ ਆਪਾਂ ਫਿਰ ਉਸ ਬਾਲਟੀਆਂ ਪੌਣੇ ਜਿਹੜੇ ਵੱਡੇ ਸੀ ਭਾਂਡੇ ਜਿਹੜੇ ਲੇਬਰ ਵਾਲੇ ਸੀ, ਸਾਰੇ ਆਪਾਂ ਧੋ ਕੇ ਸੁਕਾ ਕੇ ਸਾਂਭ ਦੇਵਾਂਗੇ ਢੋਲੇ 'ਚ ਪਾ ਕੇ, ਬਾਲਟੀ 'ਚ ਪਾ ਕੇ, ਠੀਕ ਹੈ ਜੀ। ਜਦੋਂ ਜਿਹੜੇ ਲੇਬਰ ਵਾਲੇ ਭਾਂਡੇ ਹੁੰਦੇ ਨੇ ਉਹ ਨਹੀਂ ਕੱਢ ਦਿਆਂਗੇ ਜਦੋਂ ਲੇਬਰ ਹੁੰਦੀ ਹੈ, ਠੀਕ ਹੈ। ਅਤੇ ਹਜੇ ਇੱਧਰ ਝਾੜੂ ਝੂੜੂ ਸਾਰੇ ਰਹਿੰਦਾ ਲਾਉਣ ਵਾਲਾ, ਅਤੇ ਹੁਣ ਸੁਖਨੂਰ ਨੂੰ ਮੈਂ ਠਾ ਕੇ ਆਈ ਹਾਂ ਜੋ ਉਹਨਾਂ ਨੂੰ ਵੀ ਲੇਟ ਆਇਆ ਗਾ, ਅਤੇ ਬਾਬਾ ਕਿਉਂ ਵਿੱਚ ਰੱਖ ਲੈ, ਕਿਤੇ ਲੋੜ ਪੈ ਜਾਂਦੀ, ਮਾੜੀ ਮੋਟੀ ਪੈ ਜਾਂਦੀ ਹੈ, ਚਾਹ ਪਾਣੀ ਠੰਡੀ ਹੋ ਜਾਂਦੀ ਹੈ, ਵਿੱਚ ਕੰਮ ਆ ਜਾਓ ਆਲਾ ਦਾਲਾ। ਪੰਛੀਆਂ ਜੀ ਚੀਂ ਚੀਂ, ਘੁੱਗੀਆਂ ਦੀ ਘੂੰ ਘੂੰ, ਕੋਇਲ ਬੋਲ ਰਹੀ ਹੈ ਅੱਜ ਡੂੰਗੀ ਜੀ ਮਾਸੀ ਕੇ ਨਿੰਮ 'ਤੇ। ਲਓ ਜੀ ਮੋਰਨਿੰਗ ਦੇ ਟਾਈਮ ਦੇ ਕੰਮ ਆਪਾਂ ਦਵਾ ਸੱਟ ਭੱਜ ਭੱਜ ਕਰ ਦਿਆਂਗੇ ਹੁਣ, ਅਤੇ ਛੇਤੀ ਛੇਤੀ ਕੰਮ ਕਰਕੇ, ਅੱਜ ਤਾਂ ਹੌਲਾ ਹੌਲਾ ਜਿਹਾ ਕੰਮ ਲੱਗਦਾ। ਅਤੇ ਇੰਨੀ ਖੁਸ਼ੀ ਹੋਈ ਰਾਤ ਨਾ, ਮੈਂ ਸਰਦਾਰ ਜੀਆਂ ਨੂੰ ਕਿਹਾ 7:30 ਫੋਨ ਕੀਤਾ ਸੀਗਾ ਵੀ ਮੈਂ ਤੁਸੀਂ ਕਿੰਨਾ ਕੰਮ ਰਹਿ ਗਿਆ ਨਹੀਂ ਸੀ ਵੀ ਸਬਜ਼ੀ ਸੁਬਜ਼ੀ ਦੀ ਤੜਕੇ ਨੂੰ ਤਿਆਰੀ ਕਰ ਦਿਆਂਗੇ, ਸਾਨੂੰ ਦੱਸੋ ਤੁਸੀਂ। ਸਰਦਾਰ ਜੀ ਕਹਿੰਦੇ ਬਸ ਲੱਗ ਗਈ ਪਾਓ ਦਾਲ ਵਾਹਣੀ ਰਹਿ ਗਿਆ, ਕਹਿੰਦੇ ਹੁਣ ਲਾ ਕੇ ਨਵੇੜ ਕੇ ਆਉਣਗੇ। ਚਲੋ ਬਹੁਤ ਖੁਸ਼ੀ ਹੋਈ ਹੈ ਨਾ, ਕੰਮ ਨਿਬੜ ਗਿਆ ਆਪਣਾ, ਅਤੇ ਖੇਤ ਲਾ ਕੰਮ ਲੇਬਰ ਦਾ ਨਿਬੜ ਗਿਆ, ਜਿਹੜਾ ਇਹਨਾਂ ਦਾ ਹੈਗਾ ਰੇ ਤੇਲ ਸਪਰੇ ਕਰਨ ਦਾ, ਚਲੋ ਉਹ ਤਾਂ ਹੈ ਨਾ ਹਰ ਰੋਜ਼ ਦਾ ਰੂਟੀਨ ਹੈਗਾ, ਉਹ ਤਾਂ ਆਪਣਾ ਕੰਮ ਕਰਨਾ ਹੀ ਆ, ਆਪਣੇ ਹੀ ਪਤਾ ਘਰ ਦਾ ਕੰਮ ਕਰਨਾ, ਜਦੋਂ ਹੈ ਨਾ ਬਗਾਨੀ ਬੰਦੇ ਹੁੰਦੇ ਨੇ ਲੇਬਰ ਦਾ ਕੰਮ ਹੁੰਦਾ, ਔਰੋ ਕੁਛ ਹੋਰ ਕੰਮ ਹੁੰਦਾ, ਜਿਹੜਾ ਆਪਣਾ ਘਰ ਦਾ ਕੰਮ ਹੁੰਦਾ ਔਰੋ ਕੁਛ ਆਪਾਂ ਨੂੰ ਹੋਰ ਕੰਮ ਹੁੰਦਾ ਗਾ, ਇਸ ਕਰਕੇ ਬਸ ਕੰਮ ਧੰਦੇ ਆਪਣੇ ਚੱਲਦੇ ਰਹਿਣਗੇ, ਅਤੇ ਵਾਹਿਗੁਰੂ ਸੁੱਖ ਰੱਖੇ। ਹੁਣ ਕੰਮ ਤਾਂ ਮੁੱਕਦੇ ਨਹੀਂ ਹੈਗੇ, ਕੰਮ ਕਰਮਾਂ ਵਾਲਿਆਂ ਨੂੰ ਹੁੰਦੇ ਨੇ, ਭਾਗਾਂ ਵਾਲਿਆਂ ਨੂੰ ਹੁੰਦੇ ਨੇ, ਅਤੇ ਅੱਜ ਦਿਨ ਸੁਹਾਵਣਾ ਹੈਗਾ, ਅਤੇ ਅੱਜ ਧੁੱਪ ਚੜ ਗਈ ਸੰਭਰਨ ਨੂੰ ਵੀ, ਬੀਬੀ ਨੂੰ ਪੌਣੇ ਧੋਤੇ, ਲੈ ਬੀਬੀ ਕਹਿੰਦੀ ਆਏ ਨਹੀਂ ਕਿਹਾ ਵੀ ਬੀਬੀ ਨੂੰ ਪੌਣੇ ਧੋਤੇ, ਉਹ ਬੀਬੀ ਨੂੰ ਪੌਣੇ ਧੋਤੇ, ਮੈਂ ਧਾਰ ਚੋਰੀ ਹੈਗੀ, ਮੈਂ ਹੁਣ ਸੰਭਰਦੀ ਹਾਂ।
ਮਾਂ ਚ ਪਾਉਣੇ ਧੋਤੇ। ਗੁਰਮਨ ਨੇ ਝਾੜੂ ਲਾਤਾ ਵਿਹੜੇ ਚ, ਬੀਬੀ ਲਾਉਂਦੀ ਆ ਕੱਚੇ ਵਿਹੜੇ ਚ, ਮੈਂ ਲਾਉਣੀ ਆ ਉੱਪਰ ਗੁਰਮਨ ਸੁਖਮਨ ਲਾਉਂਦੀ ਆ, ਚਾਰੇ ਜਣੀਆਂ ਅੱਧਾ ਅੱਧਾ ਝਾੜੂ ਵੰਡ ਲਿਆ। ਗੁਰਮਨ ਆਪਦਾ ਲਾਇਆ ਹੀ, ਬੀਬੀ ਲਾਈ ਜਾਂਦੀ, ਮੈਂ ਲਾਈ ਨਹੀਂ, ਸੁਖਮਨ ਲਾਈ ਜਾਂਦੀ। ਜਲਦੀ ਜਲਦੀ ਨਿਬੇੜੀ ਇਹ ਕੰਮ, ਹੌਲਾ ਹੌਲਾ ਜਿਹਾ ਕੰਮ ਹੋਇਆ ਖੇਤ ਤੋਂ ਵੀ। ਹੌਲਾ ਜਿਹਾ ਕੰਮ ਹੋ ਗਿਆ, ਦੀਦੀ ਲੱਗ ਗਈ ਚੰਦ ਚੈਨ ਨੂੰ ਖਾ ਕਰਕੇ, ਸ਼ਾਮ ਤੱਕ ਹੀ ਹੋਈ ਜਾਂਦੀ। ਚੱਪਲਾਂ ਮੈਂ ਲਾ ਤੇ ਫਿਰ ਪੈਰ ਤਿਲਕਦਾ ਹੈਗਾ। ਡੈਡੀ ਨੂੰ ਕਹਿਣਾ ਮਸ਼ੀਨ ਦੇ ਚੱਕਰ ਵਾਲੇ ਵੱਧ ਕੇ ਅਸੀਂ ਚੱਲੀਏ ਜੀ। ਇਹਦਾ ਨਾ ਸੈਪਲ ਲੋਟਾ ਵੇ ਹੈ, ਮਸ਼ੀਨ ਜੀ ਦਾ ਸੈਪਲ ਲੋਟਾ ਵੇ। ਹੋਰ ਇਹ ਤਾਂ ਰੋਜ਼ ਹੀ ਖਰਾਬ, ਦੋ ਵਾਰ ਖਰਾਬ ਹੋ ਗਈ ਦੋ ਜਾਂਗੇ, ਆ ਹੁਣ ਦੋ ਮਹੀਨੇ ਚੱਕਰ ਵਾਲੇ ਵੱਧ ਗਏ ਇਹਦੇ, ਪਤਾ ਨਹੀਂ ਕੀ ਗੱਲ ਹੋ ਗਈ। ਦੱਸਿਓ ਆਪਾਂ ਨੂੰ ਵੀ ਤੁਹਾਡੀ ਮਸ਼ੀਨ ਦੇ ਚੱਕਰ ਜ਼ਿਆਦਾ ਵਧੇ, ਪੀਣਾ ਨਹੀਂ ਯਾਰ ਪਾਣੀ ਪੀ ਲੈ, ਪਰ ਦੋ ਮੱਝਾਂ ਲੈ ਗਈ। ਲੱਗ ਜਾਂਦਾ ਗੋਹਾ, ਲੱਗ ਜਾਂਦਾ ਮਸਾਨ ਕਰਦੇ ਪੋਚੇ ਨੀ ਮਿਲ ਪੋਚੇ ਨਾਲ ਪੋਚੇ ਕਰਦੀ ਹੈ।
ਲਓ ਜੀ ਆਪਾਂ ਮਸਾਲਾ ਇੱਧਰ ਤਾਂ ਰੱਖਿਆ ਗਾ ਅਤੇ ਮਸਾਲਾ ਭੁੱਜਦਾ। ਇੱਧਰ ਆਪਾਂ ਅਰਬੀ ਦੀ ਸਬਜ਼ੀ ਬਣਾਵਾਂਗੇ। ਅਰਬੀ ਉਬਾਲ ਲਈ, ਉਬਾਲ ਕੇ ਇਸ ਤਰ੍ਹਾਂ ਫਾੜੀਆਂ ਕੱਟ ਲਈਆਂ ਥੋੜ੍ਹੀ ਨਾ, ਇਹ ਕਈ ਸੀ ਜਿਹੜੇ ਬਰੀਕ ਗੰਢੀਆਂ ਸੀ ਉਹ ਵੱਧ ਉੱਬਲ ਗਈਆਂ। ਇਹਨਾਂ ਲਈ ਆਪਾਂ ਉੱਬਲ ਮੈਂ ਆਲੂ ਵਾਂਗੂ ਸਬਜ਼ੀ ਬਹੁਤ ਵਧੀਆ ਬਣਦੀ ਹੈਗੀ। ਅਤੇ ਆਪਾਂ ਉਬਾਲ ਕੇ ਛਿੱਲ ਲਈ, ਛਿੱਲ ਕੇ ਫਾੜੀਆਂ ਕਰ ਲਈਆਂ ਇਸ ਤਰ੍ਹਾਂ ਆਲੂਆਂ ਵਾਂਗੂ। ਅਤੇ ਫਿਰ ਆਪਾਂ ਇਹਨੂੰ ਤੜਕਾ ਲਾ ਦੇਵਾਂਗੇ, ਢੱਕ ਕੇ ਰੱਖ ਦਿੱਤੀ। ਅਤੇ ਤੁਸੀਂ ਵਿੱਚ ਆਲੂ ਵੀ ਪਾ ਲਿਓ, ਮੈਂ ਇੱਕ ਆਲੂ ਵੀ ਪਾਇਆ ਕਰ ਵਿੱਚ ਉਬਾਲ ਕੇ, ਕਿਉਂਕਿ ਫਿਰ ਆਲੂਆਂ ਵਾਂਗੂ ਬਣਦੀ ਆਪਣੀ। ਇੱਧਰ ਲਾਲ ਜਿਹਾ ਮਸਾਲਾ ਤਾਂ ਨਹੀਂ ਹੈਗਾ ਆਪਣੇ, ਕਿਉਂ ਹਰੀ ਮਿਰਚੀ ਹੈਗੀ। ਸੁਖਮਨ ਹੋਣੀ ਆ ਗਈਆਂ, ਅੱਜ ਅਸੀਂ ਜਾਣਾ ਹੈਗਾ ਸਾਹਮਣੇ ਕੋਲ, ਤਾਂ ਕਰਕੇ ਦੁਪਹਿਰੇ ਕੰਮ ਲੱਗੇ ਹੋਏ ਆ, 2:30 ਵੱਜੇ ਨੇ ਅਜੇ, ਅਤੇ ਉਹ ਟਿਊਸ਼ਨ ਨਹੀਂ ਲਾਇਆ ਉਹਨਾਂ ਨੇ, ਤਾਂ ਤਾਂ ਕਰਕੇ ਆਉਣੀਆਂ ਨੇ ਗੀਆਂ। ਠੀਕ ਆ, ਟੀਫਨ ਵੀ ਫੜਾ ਦਿਓ ਬੀਬੀ, ਮਾਂਜੀ ਜਾਂਦੀ ਆ ਭਾਂਡੇ। ਇਹ ਆਪਾਂ ਨਾ ਆਲੂ ਪਾਇਆ ਮੈਂ ਉਬਾਲ ਕੇ ਵਿੱਚ ਹੀ ਛੱਡਤਾ ਸੀ ਅਰਬੀ ਦੇ, ਆਲੂ ਉਬਲਵਾ। ਅਰਬੀ ਨਾ ਧੋ ਕੇ ਬਸ ਬਿਨਸ ਛਿਲਕੇ ਸਮੇਤ ਉਬਾਲ ਲਓ, ਫਿਰ ਆਲੂਆਂ ਵਾਂਗੂ ਛਿਲਕਾ ਲਾ ਲਓ। ਅਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ। ਲਓ ਜੀ ਇਹ ਆਪਣੀ ਪੱਕ ਗਈ ਜਦੋਂ ਅਰਬੀ, ਹੋਰ ਆਪਾਂ ਇਹਦੇ ਵਿੱਚ ਸੁਕਾਈ ਹੋਈ ਮੇਥੀ ਪਾ ਦੇਵਾਂਗੇ। ਹੁਣ ਆਪਾਂ ਫਿਰ ਮਿਲਦੇ ਹਾਂ ਤੁਹਾਨੂੰ ਆਪਣੇ ਆ ਗਏ ਜੀ ਬੱਚੇ। ਰੰਗ ਲਾਲ ਜਿਹਾ ਤਾਂ ਨਹੀਂ ਹੁੰਦਾ ਆਪਣੇ, ਹਰੀ ਮਿਰਚ ਹੁੰਦੀ ਹੈ, ਢੱਕਦਾ ਨਹੀਂ ਆਪਾਂ। ਆਪਾਂ ਬੱਚੇ ਆ ਗਏ, ਇਹਨਾਂ ਨੂੰ ਚਾਹ ਪਾਣੀ ਦਿੰਦੇ ਹਾਂ। ਫਿਰ ਇੱਧਰ ਬੋਰੀਆਂ ਖੇਤੋਂ ਧੋ ਲਿਆ ਕੀ ਸਰਦਾਰ ਜੀ, ਬਹੁਤ ਬਾਰੀ ਪੁੱਛਦੀਆਂ ਨੇ। ਤੁਸੀਂ ਪ੍ਰੈਸ ਕਰ ਲਓ ਕੱਪੜੇ ਵੀ, ਲਾਈਟ ਵੀ ਨਹੀਂ ਹੋਣੀ। ਉਹ ਮੈਂ ਸਾਰੇ ਪੱਖੇ ਖੜ ਗਏ, ਹੋ ਜਾਓ ਤਿਆਰ, ਚੱਲੀਏ 3 ਵਜੇ ਦਿਨ ਤੁਰ ਜਾਈਏ। ਜਿਹੜਾ ਹੋ ਗਿਆ ਸਮਾਨ ਕਿੱਥੇ, ਮੀਂਹ ਪਈ ਜਾਂਦਾ ਹੈਗਾ ਤੇ ਸਮਾਨ ਮੈਂ ਗੱਡੀ ਵਿੱਚ ਬੈਠ ਲਿਆ ਵਾਂ, ਤੇ ਆ ਵੀ ਪਾ ਬਿਸਕੁਟਾਂ ਦਾ ਬੱਟੀਆਂ, ਇਹਲੇ ਬੱਚਿਆਂ ਦਾ ਖਾਣਾ ਦਾ ਮੈਂ ਡੱਬੇ ਵਿੱਚ ਲੈ, ਕੱਪੜਾ ਲਿਆ ਨਹੀਂ ਮੈਂ, ਪਾਪਾ ਇਸੇ ਲਈ ਸੀ ਕੱਪੜਿਆਂ ਨੂੰ ਕੋਈ ਪੈਸੇ ਦੇ ਦਿੱਤੀ ਅਸੀਂ ਪਾਸੇ ਕਰੋ ਨਾ। ਸੂਟ ਪਾਇਆ ਦੋਨਾਂ ਭੈਣਾਂ ਨੇ ਸੂਟ ਬਣਵਾਏ ਸੀ, ਇੱਕ ਨੇ ਪਾਇਆ ਨੀ, ਇੱਕ ਨੇ ਪਾ ਲਿਆ। ਸਮਾਨ ਫੋਨ ਵੀ ਆ ਗਿਆ, ਕਹੀਂ ਆਏ ਨੀ ਹੈਗੀ ਮੀਂਹ ਪਈ ਨਾ, ਮੀਂਹ ਦਿਖਾਓ ਮੀਂਹ ਦੇਖੋ ਜੀ ਗੁਰਮਣਾ ਤੈਅ ਕਰਾ ਪੁੱਤ। ਆ ਕੀ ਆ
ਚੱਕ ਲਿਆ ਤੇ ਦੇਖ ਲਿਆ ਕੁਛ ਰਿਹਾ ਨੀ ਆਪਦੇ ਜਾਣ ਤੇ ਸਾਰਾ ਕੁਛ ਚੱਕ ਲਿਆ ਗੁਰਮਨ ਨੂੰ ਬੈਠਣ ਸਮਾਨ ਵਾਲੇ ਸਮਾਨ ਲੋ ਜੀ ਹੁਣ ਮੀਂਹ ਪੈ ਰਿਹਾ ਗਾ ਅਸੀਂ ਗੱਡੀ 'ਚ ਬਹਿ ਗਏ ਚੱਲ ਕੇਰਾ ਹੁਣ ਆਪਣੀ ਕਿ ਘਰ ਜਾ ਕੇ ਉਤਰ ਜਾਂਗੇ ਅਤੇ ਪੇਕਿਆਂ ਦੇ ਵਾਰ ਮੂਰ ਦੀ ਲੰਘਾਂਗੇ ਪਰ ਦੇਖਾਂਗੇ ਜੇ ਆਉਂਦੇ ਨੂੰ ਟਾਈਮ ਰਹਿ ਗਿਆ ਜਿਹੜਾ ਟਾਈਮ ਆ 3:30 ਹੋ ਗਏ ਨੇ ਸਾਨੂੰ ਆਏ ਸੀ ਵੀ ਅਸੀਂ 3 ਵਜੇ ਨੂੰ ਤੁਰ ਪਾਂਗੇ 2:30 ਸੁਖਮਨ ਹੋਰੀਆਂ ਆਈਆਂ ਨੇਗੀਆਂ ਅਤੇ ਪਰ ਸਾਨੂੰ ਤੁਰਦਿਆਂ ਨੂੰ 3:30 ਹੋ ਗਏ ਨੇ ਪਰ ਨਾ ਨਹੀਂ ਅਸੀਂ ਜਾਂ ਤਾਂ ਇਕੱਲੇ ਵੀ ਆਉਂਦੇ ਅਤੇ ਬਹਾਨੇ ਨਾਲ ਚੱਲ ਕੁੜੀਆਂ ਜਾ ਆਉਂਦੀਆਂ ਨੇ ਫਿਰ ਹੈ ਨਾ ਉਹੀ ਗੱਲ ਹੈ ਨੇੜੇ ਤਾਂ ਫਿਰ ਬੁੜੀਆਂ ਦੀ ਵਾਰੀ ਕੱਟੀ ਜਾਂਦੀ ਹੈ ਜਿਵੇਂ ਅਮਨ ਦੀ ਰਾਜੀ ਵਾਲੀ ਦੀ ਕੱਟੀ ਜਾਂਦੀ ਹੈ ਮੇਰੀ ਕੱਟੀ ਜਾਂਦੀ ਹੈ ਫਿਰ ਕੁੜੀਆਂ ਦੀ ਕੱਟੀ ਜਾਂਦੀ ਹੈ ਅਤੇ ਜੇ ਜਿਹੜਾ ਕੋਈ ਛੋਟਾ ਜਵਾਕ ਹੋਵੇ ਤਾਂ ਮਗਰ ਲਮਕ ਕੇ ਵੀ ਵਗ ਜਾਂਦਾ ਹੈਗਾ ਹੋਰ ਵੀ ਮਗਰ ਜਿੱਦ ਪੈ ਕੇ ਅੱਛਾ ਵੀ ਟਾਕੀ ਨੂੰ ਹੱਥ ਲਾ ਕੇ ਲਮਕ ਕੇ ਵਗ ਜਾਂਦਾ ਹੈ ਜਵਾਕ ਹੋਰ ਜਿੱਦ ਪੈ ਕੇ ਲਮਕ ਕੇ ਜਾਣ ਹੁੰਦਾ ਉਹ ਜਿੱਦ ਪੈ ਕੇ ਅਸੀਂ ਤਾਂ ਕਿਸੇ ਨਾ ਕੋਈ ਲੋਕ ਹਾਏ ਅਸੀਂ ਜਾਣਾ ਹਾਏ ਅਸੀਂ ਜਾਣਾ ਨਹੀਂ ਕਿ ਬੱਚੇ ਦਾ ਜਿੱਦ ਪੈ ਕੇ ਵਗ ਜਾਂਦੇ ਲੋ ਜੀ ਆਪਾਂ ਮਿਲਦੇ ਹਾਂ ਹੁਣ ਉੱਥੇ ਜਾ ਕੇ ਤੋੜ ਦਿੰਦੇ ਮੀਂਹ ਪੈ ਰਿਹਾ ਹੈਗਾ ਅਤੇ ਹੁਣ ਤਾਂ ਕਣੀਆਂ ਜਿਹੀਆਂ ਘੱਟ ਗਈਆਂ ਕੇਰਾਂ ਤਾਂ ਬਹੁਤ ਸੜਾਕਾ ਜਿਹਾ ਵਧੀਆ ਆ ਗਿਆ ਅਤੇ ਊਂ ਵਿਹੜਾ ਜਿਹਾ ਗਿੱਲਾ ਹੀ ਹੋਇਆ ਕਿਦਮ ਅੱਛਾ ਭਾਈ ਆਏ ਨੇ ਗੇਟ ਲਾਉਣ ਵਾਲੇ।